ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹਿਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਬਲ ਬਡੀ ਖਬਰਾਂ ਪੀਆਰਟੀਸੀ ਬਸਾਂ ਦੇ ਲਈ ਨਵੇਂ ਹੁਕਮ ਜਾਰੀ ਇਹ ਕੰਮ ਨਹੀਂ ਕਰ ਸਕਣਗੇ ਕੰਡੈਕਟਰ ਤਾਂ ਦੋਸਤੋ ਪੀਆਰਟੀਸੀ ਦੇ ਕੰਡੈਕਟਰ ਬਸਾਂ ਵਿੱਚ ਹੁਣ ਇੱਕ ਨੰਬਰ ਸੀਟ ਜਾਂ ਡਰਾਈਵਰ ਦੇ ਕੋਲ ਇੰਜਨ ਤੇ ਨਹੀਂ ਬੈਠ ਸਕਣਗੇ ਮੋਟਰ ਵਹੀਕਲ ਐਕਟ ਦੇ ਅਨੁਸਾਰ ਕੰਡੈਕਟਰ ਨੂੰ ਤੈਅ ਕੀਤੀ ਗਈ ਸੀਟ ਤੇ ਹੀ ਬੈਠਣਾ ਪਵੇਗਾ ਐਸਾ ਸਬੰਧ ਵਿੱਚ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਦੇ ਵੱਲੋਂ ਪੱਤਰ ਜਾਰੀ ਕਰਕੇ ਨਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਕੰਡੈਕਟਰ ਅਜਹੀ ਕੋਤਾਹੀ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੱਤਰ ਦੇ ਵਿੱਚ ਲਿਖਿਆ ਗਿਆ ਕਿ ਮੌਖਿਕ ਦਫ਼ਤਰ ਵਿਖੇ ਬਾਰ-ਬਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਪੀਆਰਟੀਸ ਦੇ ਕੰਡੈਕਟਰ ਬਸਨਬਾਚ ਆਪਣੀ ਡਿਊਟੀ ਦੇ ਦੌਰਾਨ ਮੋਟਰ ਵਹੀਕਲ ਐਕਟ ਤਹਿਤ ਨਿਰਧਾਰਤ ਕੀਤੀ ਗਈ ਸੀਟ ਤੇ ਨਾ ਬੈਠ ਕੇ ਬਸ ਦੀ 1 ਨੰਬਰ ਸੀਟ ਜਾਂ ਡ라이ਵਰ ਦੇ ਕੋਲਾ ਇੰਜਨ ਤੇ ਬੈਠੇ ਵੇਖੇ ਜਾਂਦੇ ਹਨ ਜਿਸ ਕਰਕੇ ਕੰਡਕਟਰਾਂ ਦੇ ਵੱਲੋਂ ਸਵਾਰੀਆਂ ਦੇ ਵਸਣ ਵਿੱਚ ਉਤਰਨ ਅਤੇ ਚੜ੍ਹਨ ਸਮੇਂ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਕਿਸੇ ਵੀ ਸਮੇਂ ਹਾਰਸਾ ਹੁੰਦਾ ਡਰ ਬਣਿਆ ਰਹਿੰਦਾ ਹੈ 12 ਨਵੰਬਰ ਤੱਕ ਅਲਾਟਾ ਮੀਂਹ ਦੇ ਨਾਲ ਗੜਿਆ ਤੇ ਤੂਫਾਨ ਦੇ ਵਿੱਚ ਚਤਾਵਨੀ ਦੀਵਾਲੀ ਤੋਂ ਬਾਅਦ ਦੇਸ਼ ਭਰ ਦੇ ਵਿੱਚ ਮੌਸਮਾਂ ਬਦਲ ਚੁੱਕਾ ਹੈ ਪੂਰੇ ਭਾਰਤ ਵਿੱਚ ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਦੌਰਾਨ ਮੌਸਮਾਂ ਵਿਭਾਗ ਨੇ ਇੱਕ ਵਾਰ ਫਿਰ ਚੱਕਰਵਾਤੀ ਤੂਫਾਨ ਦੇ ਸਰਗਰਮ ਹੋਣ ਦਾ ਅਲਰਟ ਜਾਰੀ ਕਰ ਦਿੱਤਾ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਤੇ ਇਸ ਕਾਰਨ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ ਤੇ ਤੱਟਵਰਤੀ ਰਾਜਾਂ ਵਿੱਚ ਬਾਰਿਸ਼ ਹੋਵੇਗੀ ਤੂਫਾਨ ਦੇ ਨਾਲ ਹੀ ਬਿਜਲੀ ਅਤੇ ਗੜੇ ਪੈਣ ਦੇ ਵਿੱਚ ਚੇਤਾਵਨੀ ਦਿੱਤੇ ਗਿਆ ਮੌਸਮਾ ਵਿਭਾਗ ਨੇ ਦੱਖਣੀ ਅਤੇ ਉੱਤਰੀ ਭਾਰਤ ਦੇ ਰਾਜਾਂ ਦੇ ਵਿੱਚ 12 ਨਵੰਬਰ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ notifications ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਵਿੱਚ ਲਗਾਤਾਰ 3 ਦਿਨ ਸਰਕਾਰੀ ਛੁੱਟੀਆਂ ਨਵੰਬਰ ਮਹੀਨੇ ਵਿੱਚ ਛੁੱਟੀਆਂ ਦੇ ਪਰਮਾਰ ਰਹੇਗੇ ਦੀਵਾਲੀ ਤੋਂ ਬਾਅਦ ਵੀ ਛੁੱਟੀਆਂ ਦਾ سلسلہ ਜਾਰੀ ਰਹੇਗਾ 6 ਅਤੇ 7 ਨਵੰਬਰ ਨੂੰ ਕਈ ਸਵੇਰਾਂ ਵਿੱਚ ਛਾਠ ਤਿਹਾਰ ਦੇ ਕਾਰਨ ਛੁੱਟੀਆਂ ਸਨ ਇਸ ਮਹੀਨੇ ਵਿੱਚ ਕੁੱਲ 13 ਛੁੱਟੀਆਂ ਹੋਣਗੀਆਂ ਜਿਸ ਵਿੱਚ ਐਤਵਾਰ ਦੀਆਂ 4 ਛੁੱਟੀਆਂ ਵੀ ਸ਼ਾਮਲ ਹਨ ਇਸ ਦਰਾਨ ਪੰਜਾਬ ਦੇ ਵਿੱਚ 15, 16 ਤੇ 17 ਨਵੰਬਰ ਨੂੰ ਛੁੱਟੀਆਂ ਰਹਿਣਗੀਆਂ ਛੁੱਟੀਆਂ ਦੀ ਸੂਚੀ ਦੇ ਅਨੁਸਾਰ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪਰਬ ਹੈ ਜਿਸ ਦਿਨ ਸਰਕਾਰੀ ਛੁੱਟੀ ਹੋਵੇਗੀ ਉਸ ਤੋਂ ਬਾਅਦ 16 ਨਵੰਬਰ ਦਿਨ ਸ਼ਨੀਵਾਰ ਨੂੰ ਵੀ ਸ਼ਹੀਦਾ ਸਰਦਾਰ ਕਰਤਾਰ ਸਿੰਘਾ ਖਾਲਸਾ ਦਾ ਸ਼ਹੀਦੀ ਦਿਹਾੜਾ ਤੇ ਜਿਹਦੇ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ 17 ਨਵੰਬਰ ਦਿਨ ਐਤਵਾਰ ਨੂੰ ਵੀ ਛੁੱਟੀ ਹੈ ਤੇ ਇਸ ਤਰ੍ਹਾਂ 15 16 ਤੇ 17 ਨਵੰਬਰ ਨੂੰ ਲਗਾਤਾਰ 3 ਦਿਨ ਛੁੱਟੀਆਂ ਹੋਣਗੀਆਂ ਜਿਸ ਕਾਰਨ ਸਾਰੇ ਵਿਦਿਅਕ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ ਜੁਕੇ ਵੱਡੀ ਗੱਲ ਤੇ ਵਿੱਚ ਆ ਦੇਵੇਗਾ ਵਰਕ ਵੀਜ਼ਾ ਅੱਜ ਹੀ ਕਰੋ ਅਪਲਾਈ ਤਾਂ ਦੋਸਤੋ ਜੁਕੇ ਜਾਂਦੇ ਚਾਹਵਨ ਦੇ ਲਈ ਚੰਗੀ ਖਬਰ ਹੈ ਜੁਕੇ ਨੇ ਵਰਕ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਹੈ ਚੰਗੀ ਗੱਲ ਇਹ ਹੈ ਕਿ ਨਾਲਗੇ ਜੀਵਨ ਸਾਥੀ ਨੂੰ ਵੀ ਕੰਮ ਕਰਨ ਦੇ ਇਜਾਜ਼ਤ ਹੋਵੇਗੇ ਨਰਪਾਰਾ ਲੋਕਾਂ ਨੂੰ ਵੀ ਲਿਜਾਨ ਦੇ ਇਜਾਜ਼ਤ ਹੈ ਬੱਚਿਆਂ ਦੇ ਲਈ ਵੀ ਮੁਫਤਾਂ ਸਿੱਖਿਆ ਦਾ ਪ੍ਰਬੰਧ ਹੋਵੇਗਾ ਸ਼ਾਨਦਾਰ ਸਿਹਤਾਂ ਦੇਖਭਾਲ بیمਾ ਦਿੱਤਾ ਜਾਵੇਗਾ ਜੇਕਰ ਤੁਸੀਂ ਯੂਕੇ ਦੇ ਵਰਕ ਕਾ ਵੀਜ਼ਾ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦੇ ਲਈ ਤੁਸੀਂ ਘੱਟ ਦਸਤਾਵੇਜ਼ਾਂ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ ਤਨਖਾਹ ਸਕਿੱਲ ਵੀ ਵਧੀਆ ਹੋਵੇਗਾ ਲਗਭਗ 2400 ਤੋਂ ਲੈ ਕੇ 2700 ਇੰਗਲੈਂਡ ਦੇ ਪੌਂਡਾ ਪ੍ਰਤੀ ਮਹੀਨਾ ਮਿਲਣਗੇ ਕੰਪਨੀ ਬਿਨੇਕਰ ਦੇ ਠਰੰਦਾ ਉੱਚਤ ਪ੍ਰਬੰਧ ਕਰੇਗੀ ਭੋਜਨ ਅਤੇ ਇੱਕ ਪਾਸੇ ਦੇ ਹਵਾਈ ਟਿਕਟ ਪ੍ਰਦਾਨ ਕਰੇਗੀ ਚੰਗੀ ਗੱਲ ਇਹ ਵੀ ਹੈ ਕਿ 2 ਸਾਲ ਦੇ ਵੀਜੇ ਦੇ ਨਾਲ ਇੱਕ ਸਾਲ ਵੀਜ਼ਾ ਵਿਸਤਾਰ ਮਿਲੇਗਾ ਜੇਕਰ ਤੁਸੀਂ ਵੀ ਆਪਣਾ ਯੂਕੇ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅਪਲਾਈ ਕਰਨ ਦੇ ਲਈ ਅੱਜ ਇਸ ਨੰਬਰ 9592226969 ਤੇ ਸੰਪਰਕ ਕਰੋ ਖਾਲੀ ਅਸਾਮੀਆਂ ਬਾਰੇ ਜਾਣਕਾਰ ਦੇ ਲਈ ਵੀ ਔਕਤਾ ਨੰਬਰ ਤੇ ਸੰਪਰਕ ਕਰ ਸਕਦੇ ਹਾਂ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਹੁਣਾਂ 25 ਲੱਖ ਰੁਪਏ ਤੱਕ ਮਿਲੇਗਾ ਅਡਵਾਂਸ ਹਰਿਆਣਾ ਦੇ ਨਾਇਬ ਸਿੰਘ ਸੈਣੀ ਸਰਕਾਰ ਨੇ 14 ਸਾਲ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਅਡਵਾਂਸ ਅਤੇ ਲੋਨ ਸੰਬੰਧੀ ਵੱਡੀ ਰਾਹਤ ਦਿੱਤੀ ਹੈ 14 ਸਾਲਾਂ ਬਾਅਦ ਰਾਜ ਸਰਕਾਰ ਨੇ ਮਕਾਨਾਂ ਸਾਰੀ ਵਿਆਹ ਬਹਨ ਅਤੇ ਕੰਪਿਊਟਰ ਦੀ ਖਰੀਦਦਾਰੀ ਲਈ ਐਡਵਾਂਸ ਅਤੇ ਲੋਨਾਂ ਦੀ ਸੀਮਾ ਵਧਾ ਦਿੱਤੀ ਗਿਆਸ ਤੋਂ ਪਹਿਲਾਂ ਇਹ ਵਾਅਦਾ ਤਤਕਾਲੀ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ 22 ਨਵੰਬਰ 2010 ਨੂੰ ਕੀਤਾ ਸੀ ਸਰਕਾਰ ਦੇ ਇਸ ਫੈਸਲੇ ਦੇ ਨਾਲ ਹੁਣ ਸਰਕਾਰੀ ਕਰਮਚਾਰੀ ਮਕਾਨ ਬਣਾਉਣ ਦੇ ਲਈ ਲਗਭਗ 5 ਲੱਖ ਰੁਪਏ ਤੱਕ ਦਾ ਲੋਨ ਅਟਾ ਬਾਂਸ ਲੈ ਸਕਣਗੇ ਪੁੱਤਰਤੀ ਦੇ ਵਿਆਹ ਦੇ ਲਈ 3 ਲੱਖ ਰੁਪਏ ਤੱਕ ਦਾ ਕਰਜ਼ਾ ਮਿਲੇਗਾ ਬਾਨ ਅਤੇ ਕੰਪਿਊਟਰ ਖਰੀਦਣ ਦੇ ਲਈ ਵੀ ਕਰਜ਼ੇ ਦੀ ਰਕਮ ਨੂੰ ਵਧਾ ਦਿੱਤਾ ਗਿਆ ਹੈ। ਕੇਜਰੀਵਾਲਾ ਤੇ ਭਗਵਾਨ ਤਮਾਨ ਨੇ ਪੰਜਾਬ ਦੇ 1031 ਸਰਪੰਚਾਂ ਨੂੰ ਕਹੀ ਵੱਡੀ ਗੱਲ ਕਿਸੇ ਵੀ ਕਿਮਤ ਤੇ ਭਰੋਸਾ ਨਾ ਤੋੜਿਓ। ਲੁਧਿਆਣਾ ਵਿੱਚ ਸ਼ੁੱਕਰਵਾਰ ਅੱਜ 19 ਜ਼ਿਲ੍ਹਿਆਂ ਦੇ 1031 ਸਰਪੰਚਾਂ ਨੇ ਸੌ ਚੁੱਕੇ ਜ਼ਿਲ੍ਹੇ ਦੇ ਪਿੰਡਾਂ ਤਨਨ ਸੁਬੇਖੇ ਅੋਏ ਸੁਬਾ ਪਦਰੇ ਸੋਚਾ ਕਾ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਬਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਕਤ ਕੀਤੀ। ਇਸ ਮੌਕੇ ਕੇਜਰੀਵਾਲ ਦਾ ਕਹਿਣਾ ਕਿ ਸਾਡੀ ਪਾਰਟੀ ਬਣੀ ਨੂੰ 12 ਸਾਲ ਬੀਤ ਚੁੱਕੇ ਹਨ ਤੇ ਅਸੀਂ ਕਈ ਚੋਣਾਂ ਲੜੀਆਂ। ਵਿਧਾਇਕ ਬਣਨਾ ਆਸਾਨ ਹੈ ਪਰ ਸਰਪੰਚ ਬਣਨਾ ਔਖਾ ਹੈ। ਲੋਕਾਂ ਨੇ ਤੁਹਾਨੂੰ ਜੋ ਜ਼ਿੰਮੇਵਾਰੀ ਸੌਂਪਿਆ ਤੁਹਾਨੂੰ ਉਸ ਨੂੰ ਤਨਦੇਹੀ ਦੇ ਨਾਲ ਨਿਭਾਉਣਾ ਪਵੇਗਾ। ਪਿੰਡ ਵਾਸੀਆਂ ਦਾ ਭਰੋਸਾ ਟੁੱਟਣ ਨਹੀਂ ਦੇਣਾ ਚਾਹੀਦਾ ਤੇ ਪ੍ਰਮਾਤਮਾ ਦੇ ਵਿੱਚ ਵੀ ਭਰੋਸਾ ਕਾਇਮ ਰਹਿਣਾ ਚਾਹੀਦਾ ਹੈ ਉਹਨਾਂ ਨੇ ਅੱਗੇ ਕਹਿ ਕੇ ਪੰਜਾਬ ਸਰਕਾਰ ਤੁਹਾਨੂੰ ਗ੍ਰਾਂਟ ਭੇਜੇਗੀ ਐਸਾ ਪੈਸੇ ਨੂੰ ਜਨਤਾ ਦੇ ਲਈ ਵਰਤਣਾ ਐਸ ਵਿੱਚ ਜਨਤਾ ਦੇ ਨਾਲ ਧੋਖਾ ਨਾ ਕਰਨਾ ਸਰਪੰਚ ਨੂੰ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਫੈਸਲਾ ਲੈਣਾ ਚਾਹੀਦਾ ਫਿਰ ਵੀ ਕੋਈ ਗਲਤ ਫੈਸਲਾ ਨਹੀਂ ਹੋ ਸਕਦਾ ਕਾਨੂੰਨ ਦੇ ਅਨੁਸਾਰ ਗ੍ਰਾਮ ਸਭਾ ਸਾਲ ਦੇ ਵਿੱਚ ਦੋ ਵਾਰ ਹੁੰਣੀ ਚਾਹੀਦਾ ਹੈ ਕਈ ਵਾਰ ਅਜਿਹਾ ਕਾਗਜ਼ ਤੇ ਹੁੰਦਾ ਪਰ ਹਰ ਮਹੀਨੇ ਗ੍ਰਾਮ ਸਭਾ ਬੁਲਾਉਂਦੇ ਕੋਸ਼ਿਸ਼ ਕਰੋ ਜੋ ਵੀ ਤਜਵੀਜ਼ਾਂ ਆ ਪਾਉਣੀਆਂ ਉਹਨਾਂ ਤੇ ਕੰਮ ਕਰਬਣਾ ਹੋਵੇਗਾ ਇਸ ਦੇ ਨਾਲ ਪਿੰਡ ਨੂੰ ਵੱਡਾ ਫਾਇਦਾ ਹੋਵੇਗਾ ਹੁਣ ਤੁਸੀਂ ਸਰਪੰਚ ਬਣ ਗਿਓ ਤੁਸੀਂ ਕਿਸੇ ਪਾਰਟੀ ਦੇ ਸਰਪੰਚ ਨਹੀਂ ਹੋ ਅਸੀਂ ਤੁਹਾਡਾ ਪੂਰਾ ਸਹਿਯੋਗ ਕਰਾਂਗੇ ਬਸ ਰਤ ਤੁਹਾਡੇ ਇਰਾਦੇ ਸਾਫ਼ ਹੋਣ 1800 ਰੁਪਏ ਸਸਤਾ ਹੋਇਆ ਸੋਨਾ ਤੇ ਚਾਂਦੀ ਵਿੱਚ 3000 ਰੁਪਏ ਦੀ ਕਮਜ਼ੋਰੀ ਕਰੇਲੂ ਸਰਾਫਾ ਬਾਜ਼ਾਰ ਨੇ ਅੱਜ ਵੱਡੇ ਗਰਾਵਟ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਹੈ ਅੱਜ ਦੇਖਦੇ ਵੱਖ-ਵੱਖ ਸਰਾਫਾ ਬਾਜ਼ਾਰਾਂ ਦੇ ਵਿੱਚ ਸੋਨਾ 1670 ਰੁਪਏ ਤੋਂ ਲੈ ਕੇ 1810 ਰੁਪਏ ਤੱਕ ਪ੍ਰਤੀ 10 ਗ੍ਰਾਮ ਤੱਕ ਸਸਤਾ ਹੋ ਚੁੱਕਿਆ ਹੈ ਅਤੇ ਇਸ ਤਰ੍ਹਾਂ ਅੱਜ ਚਾਂਦੀ 3000 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੇ ਹੋ ਚੁੱਕਿਆ ਹੈ ਸੋਨੇ ਦੀ ਕੀਮਤ ਵਿੱਚ ਗਰਾਵਟ ਦੇ ਕਾਰਨ ਦੇਖਦੇ ਜਿਆਦਾਤਰ ਸਰਾਫਾ ਬਾਜ਼ਾਰਾਂ ਦੇ ਵਿੱਚ ਅੱਜ 24 ਕੈਰੇਟ ਸੋਨਾ 78700 ਰੁਪਏ ਤੋਂ ਲੈ ਕੇ 78550 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰਿਆ ਤੇ 72 ਕੈਰਟ ਸੁਨਾਬੇ 72140 ਰੁਪਏ ਤੋਂ ਲੈ ਕੇ 71990 ਰੁਪਏ ਪ੍ਰਤੀ 10 ਗ੍ਰਾਮ ਦੇ ਵਿਚਕਾਰ ਚਾਂਦਰੀ ਕੀਮਤ ਵੈਚਾ ਕਮਜ਼ੋਰੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ ਹਦੀ ਕੀਮਤ 92900 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਤੇ ਆ ਗਈ ਹੈ ਭਾਰਤ ਵਿੱਚ ਪੈਟਰੋਲ ਐ 75 ਅਤੇ ਡੀਜ਼ਲ 67 ਰੁਪਏ ਵਿੱਚ ਮਿਲੇਗਾ ਜਾਨੋ ਸਰਕਾਰ ਦੀ ਨਵੀਂ ਰਣਨੀਤੀ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹਾਲ ਹੀ ਵਿੱਚ ਜਾਈ ਗ੍ਰਾਵਟ ਨੇ ਐਸਾ ਗੱਲ ਦੀ ਚਰਚਾ ਛਿੜ ਦਿੱਤੀ ਹੈ ਕਿ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣਗੀਆਂ 2021 ਤੋਂ ਬਾਅਦ ਪਹਿਲੀ ਵਾਰ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਚੁੱਕਾ ਹੈ ਜਿਹਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣ ਤੇ ਚਰਚਾ ਸ਼ੁਰੂ ਹੋ ਚੁੱਕੀ ਹੈ ਐਸਓਟੀ ਪੈਟਰੋਲੀਆਮਾ ਸਕਾਤਰਾ ਪਾਂਕਜ ਜੈਨ ਨੇ ਕਹਿ ਕੇ ਭਾਰਤੀ ਤੇਲ ਮਾਰਕੀਟਿੰਗ ਕੰਪਨੀਾਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹਾਲੀ ਦੇ ਵਿੱਚ ਆਈ ਗਰਾਊਂਡ ਦੇ ਕਾਰਨ ਇਹਨਾਂ ਦੀਆਂ ਕੀਮਤਾਂ ਘਟਾਉਣ ਦੇ ਉੱਤੇ ਵਿਚਾਰ ਕਰ ਸਕਦੀਆਂ ਹਨ ਜੇਕਰ ਇਹ سلسلہ ਲਗਾਤਾਰ ਜਾਰੀ ਰਹੇ ਤਾਂ ਪੈਟਰੋਲ ਅਤੇ ਡੀਲ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਹਨ ਅਜਿਹੇ ਵਿੱਚ ਵੱਡਾ ਸਵਾਲ ਇਹ ਹੈ ਕਿ ਕੀ ਭਾਰਤ ਵਿੱਚ ਪੈਟਰੋਲ ਦੀ ਕੀਮਤਾਂ 75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤਾਂ 67 ਰੁਪਏ ਪ੍ਰਤੀ ਲੀਟਰ ਤੇ ਆ ਜਾਵੇਗੀ ਫਿਲਹਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤਾਂ 94.72 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤਾਂ 87.62 ਰੁਪਏ ਪ੍ਰਤੀ ਲੀਟਰ ਹੈ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਆਈ ਸਾਹਮਣੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਹੈ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲੈਂਦਿਆਂ ਅਧਿਆਪਕਾਂ ਨੂੰ ਵਿਸ਼ੇਸ਼ ਹੁਕਮ ਜਾਰੀ ਕੀਤਾ ਹੈ ਨੂੰ ਸਿੱਖਿਆ ਵਿਭਾਗ ਨੇ ਸੋ ਬੇਦਰ ਬੈਚ ਚੱਲ ਰਹੇ ਡਬਲ ਸ਼ਿਫਟ ਸਕੂਲਾਂ ਦੇ ਬੈਚਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਆ ਨਵਾਂ ਹੁਕਮ ਜਾਰੀ ਕੀਤਾ ਹੈ ਸਰਕਾਰ ਨੇ ਡਬਲ ਸ਼ਿਫਟ ਵਾਲੇ ਸਕੂਲਾਂ ਦੇ ਬੈਚ ਸਕੂਲ ਮੁਖੀਆਂ ਅਤੇ ਨਾਨ ਟੀਚਿੰਗ ਸਟਾਫ ਦੇ ਲਈ ਜਾਰੀ ਕੀਤੇ ਗਏ ਟਾਈਮ ਟੇਬਲ ਆਰਡਰ ਰੱਦ ਕਰ ਦਿੱਤੇ ਹਨ ਸਿੱਖਿਆ ਸਕੱਤਰ ਨੇ ਸਕੂਲਾਂ ਨੂੰ ਚਾਰ ਪੰਨਿਆਂ ਦਾ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਇਨ੍ਹਾਂ ਹੁਕਮਾਂ ਤੋਂ ਬਾਅਦ ਉਸੇ ਪੋਸਟ ਦੇ ਲਾਇਬ੍ਰੇਰੀਅਨਾਂ ਲਾਈਬ੍ਰੇਰੀ ਅਟੈਂਡੈਂਟਾ ਜਿਵੇਂ ਕਿ ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ ਗਰੁੱਪ ਸੀ ਐਟ ਡੀ ਦੀ ਛੁੱਟੀ ਸਵੇਰੇ 9:00 ਤੋਂ ਲੈ ਕੇ ਦੁਪਹਿਰ 3:00 ਵਜੇ ਤੱਕ ਹੋਵੇਗੀ ਇਸ ਵਿੱਚ ਇਹ ਕਿਹਾ ਗਿਆ ਕਿ ਜੇਕਰ ਕਿਸੇ ਸਕੂਲ ਵਿੱਚ ਸਾਮੀਆਂ ਦੀ ਗਿਣਤੀ 2 ਜਾਂ ਵੱਧ ਹੈ ਤਾਂ ਸਕੂਲ ਦੇ ਵਿੱਚ ਉਹਨਾਂ ਦੇ ਡਿਊਟੀ ਸ਼ਿਫਟਾਂ ਨੇ ਬੈਚ ਲਗਾਈ ਜਾਵੇਗੀ ਜਿਸ ਦਾ ਫੈਸਲਾ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਕੀਤਾ ਜਾਵੇਗਾ ਇਹ ਵੀ ਹੁਕਮ ਦਿੱਤਾ ਗਿਆ ਕਿ ਸਬੰਧਤ ਸੈਫਟਾ ਦਾ ਸੀਨੀਅਰ ਅਧਿਕਾਰੀ ਸਕੂਲ ਮੁਖੀ ਦੇ ਆਉਣ ਅਤੇ ਸਕੂਲ ਛਡਣ ਤੱਕ ਹੀ ਇੰਚਾਰਜ ਹੋਵੇਗਾ